ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਕੌਣ ਹੋ ਤੁਮ? ਜਲਾ ਦੋ ਤੁਮਹਾਰਾ ਬੇੜਾ ਹੀ ਗਾਰਤ ਹੋ ਜਾਵੇ, ਤੁਮਹਾਰਾ ਨਾਮੋ ਨਿਸ਼ਾਨ ਮਿਟ ਜਾਵੇ। ਹਾਂ, ਹਮਾਰੇ ਹਿੰਦੁਸਤਾਨ ਕੋ ਤੁਮ ਲੋਗੋ ਨੇ ਪਿੱਛੇ ਸੇ ਵਾਰ ਕਰਤੇ ਹੋ। ਅਗਰ ਮਰਦ ਕੇ ਬੱਚੇ ਹੋਗੇ ਅਸਲੀ ਮੇ ਤੋ ਆਗੇ ਸੇ ਹਮੇ ਲਲਕਾਰਨਾ। ਅਰੇ ਹਮਾਰੇ ਹਿੰਦੁਸਤਾਨ ਕੇ ਬੱਚੇ ਕਿਆ, ਹਮ ਹਿਜੜੇ ਹੀ ਬਹੁਤ ਹੈ ਤੁਮਹਾਰਾ ਮੂੰਹ ਕਾਲਾ ਕਰਨੇ ਕੇ ਲਈ। ਪੁਲਵਾਮਾ 'ਚ ਜੋ ਕੁਝ ਹੋਇਆ ਹਰ ਕੋਈ ਹੈਰਾਨ ਰਹਿ ਗਿਆ, ਪੂਰਾ ਮੁਲਕ ਗੁੱਸੇ 'ਚ ਹੈ। ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਵਰਗ ਹੋਵੇ ਜਿਸ ਨੂੰ ਗੁੱਸਾ ਨਾ ਆਇਆ ਹੋਵੇ। ਕੁਛ ਅਜਿਹਾ ਹੀ ਗੁੱਸਾ ਆਇਆ ਹੈ ਕਿੰਨਰ ਸਮਾਜ ਨੂੰ, ਇਹ ਤਸਵੀਰਾਂ ਨੇ ਚੰਡੀਗੜ੍ਹ ਦੀਆਂ। ਚੰਡੀਗੜ੍ਹ ਦੇ ਵਿੱਚ ਕਿੰਨਰ ਸਮਾਜ ਵੀ ਖੁੱਲ੍ਹ ਕੇ ਸਾਹਮਣੇ ਆ ਗਿਆ। ਕਿੰਨਰ ਸਮਾਜ ਨੇ ਆਪਣੇ ਇਸ ਪ੍ਰਦਰਸ਼ਨ ਦੇ ਨਾਲ ਦੇਸ਼ ਦੀ ਸੈਨਾ ਨੂੰ ਇੱਕ ਨਵਾਂ ਹੌਸਲਾ ਦਿੱਤਾ। ਇਸ ਦੌਰਾਨ ਕਿੰਨਰ ਸਮਾਜ ਨੇ ਜੋ ਕੁਛ ਕਿਹਾ ਉਹ ਦਿਲ ਨੂੰ ਛੂਹਣ ਵਾਲਾ ਸੀ। ਇਹੀ ਨਹੀਂ, ਅਗਲੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿੰਨਰ ਸਮਾਜ ਨੇ ਕੀ ਕੁਛ ਕਿਹਾ। ਤੁਸੀਂ ਵੀ ਸੁਣੋ ਇਸ ਕਿੰਨਰ ਦੀ ਗੱਲ ਜਿਸਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਕਿ ਜੇਕਰ ਸਾਡੇ ਨਾਲ ਪੰਗਾ ਲੈਣਾ ਹੈ ਤਾਂ ਸਿੱਧੇ ਤੌਰ 'ਤੇ ਲਵੋ। ਸਾਡੇ ਦੇਸ਼ ਦੀ ਸੈਨਾ ਤਾਂ ਦੂਰ, ਇਕੱਲੇ ਹਿਜੜੇ ਹੀ ਕਾਫੀ ਨੇ ਇਹਨਾਂ ਮੁਸ਼ਕਲਾਂ ਨਾਲ ਨਿਪਟਣ ਵਾਸਤੇ। ਤੁਸੀਂ ਆਪ ਹੀ ਸੁਣੋ ਇਹਨਾਂ ਕਿੰਨਰਾਂ ਦੀ ਗੱਲ, ਤੁਸੀਂ ਵੀ ਹੋ ਜਾਓਗੇ ਭਾਵੁਕ। ਅਗਰ ਇਸ ਮੇ ਇਤਨੀ ਹਿੰਮਤ ਹੋਗੀ ਤੋ ਆਗੇ ਸੇ ਹਮਾਰੇ ਸੇ ਚੈਲੇਂਜ ਕਰੇ, ਹਮ ਲੜਨੇ ਕੇ ਲੀਏ ਤਿਆਰ ਹੈ ਉਸੇ। ਯੇ ਪਿੱਛੇ ਸੇ ਵਾਰ ਕਰਨੇ ਕਾ ਮਤਲਬ ਕਿਆ ਹੈ, ਇਸਕਾ ਕਿਆ ਚਾਹਤਾ ਹੈ ਆਖਿਰ? ਯੇ ਕੌਣ ਹੈ ਯੇ ਦਾੜੀ ਵਾਲੇ? ਕਿਆ ਯੇ ਅੱਲਾ ਬਣ ਗਏ ਹੈ? ਯੇ ਭਗਵਾਨ ਬਣ ਗਏ ਹੈ? ਯੇ ਜੀਸਸ ਬਣ ਗਏ ਹੈ? ਯੇ ਬੁੱਧ ਭਗਵਾਨ ਬਣ ਗਏ ਹੈ? ਅਰੇ ਤੁਮ ਵੀ ਇਨਸਾਨ ਹੈ, ਉਹ ਵੀ ਇਨਸਾਨ ਹੈ, ਮਰਨੇ ਵਾਲੇ ਵੀ। ਆਪਕੋ ਸੋਚਣਾ ਚਾਹੀਏ, ਆਪ ਵੀ ਅੰਨ ਖਾਤੇ ਹੈ, ਉਹ ਵੀ ਅੰਨ ਖਾਤੇ ਹੈ। ਹਾਂ, ਉਹ ਆਪਣੇ ਬੱਚੋਂ ਕੇ ਲੀਏ, ਦੇਸ਼ ਕੀ ਰਕਸ਼ਾ ਕੇ ਲੀਏ ਉਹ ਜਾ ਕੇ ਵਹਾਂ ਬਿਚਾਰੇ ਸਾਰੀ ਸਾਰੀ ਰਾਤ ਮਿਹਨਤ ਕਰਤੇ ਹੈ। ਤੋ ਤੁਮ ਲੋਗੋ ਕੋ ਤਰਸ ਨਹੀਂ ਆਤਾ? ਇਤੀ ਇਤੀ ਲੰਬੀ ਦਾੜੀ ਛੋੜ ਕੇ ਹੱਥ ਮੇਂ ਤਸਵੀਰ ਪਕੜ ਕੇ ਤੁਮ ਕੇ ਫਰਿਸ਼ਤੇ ਬਣ ਗਏ ਹੋ ਯਾ ਮੌਤ ਕੇ ਖੁਦਾ ਬਣ ਗਏ? ਤੁਮੇ ਸ਼ਰਮ ਆਨਾ ਚਾਹੀਏ ਬੇਗੈਰ ਤੋ। ਇਨਸਾਨ ਕੀ ਜਾਨ ਲੈਣਾ ਵੋ ਅੱਲਾ ਕੇ ਹੱਥ ਮੇਂ ਹੈ, ਭਗਵਾਨ ਕੇ ਹੱਥ ਮੇਂ ਹੈ, ਜੀਸਸ ਕੇ ਹੱਥ ਮੇਂ ਹੈ। ਤੁਮਹਾਰੇ ਹੱਥ ਮੇਂ ਕਿਸਨੇ ਦੇ ਦੀ? ਹਾਂ, ਤੁਮ ਕਬ ਸੇ ਬਣ ਗਏ ਅਮਰਾਜ ਜੀ? ਤੁਮ ਕਬ ਸੇ ਬਣ ਗਏ ਮੌਤ ਕੇ ਫਰਿਸ਼ਤੇ? ਕੌਣ ਹੋ ਤੁਮ? ਕਿੰਨਰ ਸਮਾਜ ਕੀ ਤਰਫ ਸੇ ਹਮ ਯੇ ਸ਼ਰਧਾਂਜਲੀ ਦੇ ਰਹੇ ਹਮਾਰੇ ਬਾਈ ਲੋਗੋਂ ਕੋ ਜੋ ਜਿਨ੍ਹੋਂਨੇ 44 ਜੋ ਹਮਾਰੇ ਬਾਈ ਲੋਗੋਂ ਨੇ ਜੋ ਸ਼ਹੀਦ ਹੋ ਗਏ ਹਮਾਰਾ ਦੇਸ਼ ਕੇ ਲੀਏ, ਹਮਾਰੀ ਰਕਸ਼ਾ ਕੇ ਲੀਏ ਉਨ੍ਹੋਂਨੇ ਸ਼ਹੀਦ ਹੋ ਗਏ। ਉਨਕੇ ਆਤਮਾ ਕੋ ਸ਼ਾਂਤੀ ਦੇ ਔਰ ਉਨਕੇ ਪਰਿਵਾਰ ਕੋ ਹਿੰਮਤ ਦੇ ਭਗਵਾਨ, ਔਰ ਹਮਾਰੇ ਸਰਕਾਰ ਉਨਕੇ ਪਰਿਵਾਰ ਕਾ ਸਹਕਾਰ ਕਰੇ ਔਰ ਉਨਕਾ ਹਰ ਘਰੋਂ ਮੇਂ ਜੋ ਜਿਤਨੀ ਜੋ ਬੱਚੇ ਜੋ ਹੈ ਉਨਕੋ ਗਵਰਨਮੈਂਟ ਜੌਬ ਦਿਆ ਜਾਏ ਔਰ ਉਨਕੀ ਪੈਸੇ ਦਿਆ ਜਾਏ।